Bismillah ar-Rahman ar-Rahim. Assalamu alaikum. I dasare ban ban thik ho ra lani somali jo se ta kis ko somali ta che bol. Bol che hai kai chicken, masala chicken. Aaj banani ji masala chicken, masala already mix kari da kaiser sahab ho kita mai ge ya sab bar. Hun vi wapas aaya ta kaiser aaye ji masala sa chicken ki lai udya mixing kari di ya ghatta ho gaya mix kite ya. ਤੋ ਟੈਂਡਰ ਵੀ ਹੋਈ ਗਿਆ ਸੀ ਇਹ ਕੁੱਕ ਕਰਨਾ ਤੁਸਾਂ ਦਾ ਕੰਮ ਹੈ ਹੁਣ ਖਾਲੀ ਚਿਕਨ ਹੈ ਕਿ ਚਿਕਨ ਹੈ ਚੂਚਾ ਇਸੀ ਹੁਣ ਰੋਟੀ ਨਾਲ ਕਹਿ ਬਣ ਸੀ ਤਾਂ ਅਸਾਂ ਇਹ ਚਲੋ ਇਹ ਨਾਲ ਕੋਈ ਥੋੜ੍ਹੀ ਜਿਹੀ ਆਲੂ ਬਾਈ ਕਿੰਨੇ ਆ ਮੈਂ ਆਲੂ ਹੁਣ ਛਿੱਲੇ ਆ ਉਹ ਵੀ ਤੁਸੀਂ ਸ਼ੋਅ ਕਰਨੇ ਆ ਅਤੇ ਨਾਲ ਥੋੜ੍ਹਾ ਜਿਹਾ ਕੋਈ ਸਲਾਦ ਸਲੂਦ ਵੀ ਘੱਟੇ ਕਿੰਨੇ ਆ ਅਤੇ ਉਹ ਵੀ ਤੁਸੀਂ ਨਾਲ ਸ਼ੇਅਰ ਕਰਨੇ ਆ ਚਿਕਨ ਤਾਂ ਕੋਈ ਜੀ ਸਾਰੀ ਮਿਕਸ ਹੋਈ ਵੀ ਜਿਹੜੀ ਕੈਸਰ ਸਾਹਿਬ ਉਹਨਾਂ ਮਿਕਸ ਕੀਤੀ ਹੈ ਬਿਹਤਰੀਨ ਸੋਹਣੀ ਮਿਕਸ ਕੀਤੀ ਹੈ ਪਰ ਇਸ ਲਈ ਮਜ਼ੀਦ ਅਸਾਂ ਥੋੜ੍ਹੀ ਜਿਹੀ ਨਾਲ ਆਲੂ ਵੀ ਮਿਕਸ ਕਰੀਨੇ ਹਾਂ ਤਾਂ ਕੋਈ ਥੋੜ੍ਹਾ ਜਿਹਾ ਪਿਆਜ਼ ਵੀ ਰੱਖੀਂਦਾ ਤਾਂ ਆਲੂ ਵੀ ਰੱਖੀਂਦੇ ਕੱਢਣੇ ਆ ਬੈਗੇ ਜੋ ਇੰਨੇ ਛਿੱਲੇ ਹਾਂ ਮਿਕਸ ਕਰ ਰਹੇ ਹਾਂ ਉਸ ਮਸਾਲੇ 'ਚ ਪਰ ਬਈ ਪਿਆਜ਼ ਅਸਾਂ ਛਿੱਲੇ ਕਹਿੰਦਾ ਆ ਤਾਂ ਆਲੂ ਆਲੂ ਵੀ ਇਹੀ ਚਾਰ ਦਾ ਹੈ ਵੀ ਨਿੱਕੇ ਨਿੱਕੇ ਇੰਨਾ ਕੀ ਮਾੜਾ ਜਿਹਾ ਇਸ ਤਰ੍ਹਾਂ ਹੀ ਲਾਉਣੇ ਆ ਟੱਕ ਜੀ ਟੱਕ ਲਾਉਣੇ ਆ ਤਾਂ ਕਿ ਮਸਾਲਾ ਆਲੂਆਂ ਦੇ ਵਿੱਚ ਰਸੀ ਹੈ ਠੀਕ ਹੈ ਕੱਟਣੀ ਹੈ ਜੀ ਪਿਆਜ਼ ਪਿਆਜ਼ ਵੀ ਕੱਟਣੇ ਆ ਮੋਟਾ ਮੋਟਾ ਹੈ ਮੋਟਾ ਮੋਟਾ ਪਿਆਜ਼ ਕੱਟਣੇ ਬਰੀਕ ਕਰਨੇ ਨਹੀਂ ਲੋੜ ਕੋਈ ਨਹੀਂ ਹੈ ਜੀ ਪਿਆਜ਼ ਵੀ ਅਸਾਂ ਕੱਟੇ ਦਾ ਆਲੂਆਂ ਕੀ ਵੀ ਟੱਕ ਲਾਈ ਹੋਣੇ ਬਾਣੇ ਇਹਨਾਂ ਕੀ ਛਾਣੇ ਜੀ ਮੋਟੇ ਮੋਟੇ ਪੀਸ ਰੱਖੇ ਜੀ ਪਿਆਜ਼ ਦੇ ਇਹਨਾਂ ਕੀ ਚੰਗੀ ਤਰ੍ਹਾਂ ਧੋ ਕਿੰਨੇ ਆਲੂ ਵੀ ਧੋਈ ਦੇਣ ਤਾਂ ਪਿਆਜ਼ ਨਹੀਂ ਚੰਗੀ ਤਰ੍ਹਾਂ ਮਿਕਸ ਕਰਨੇ ਆ ਗਿੰਨਾ ਜੀ ਵੀ ਇੰਨੇ ਹੋਰ ਤਕਰੀਬਨ 15 ਕੁ ਮਿੰਟ ਰਹਿਣ ਦੇ ਰਹੇ ਹਾਂ ਇੱਥੇ ਅਤੇ ਨਾਲ ਤੁਸੀਂ ਇੱਕ ਹੋਰ ਚੀਜ਼ ਦੱਸ ਰਹੇ ਹਾਂ ਬਈ ਆਇਆ ਡੱਬਾ ਆਇਆ ਇੱਕ ਸਾਡੇ ਗਮੰਡ ਉਹਨਾਂ ਕੋਈ ਬਣਾਏ ਅਸੀਂ ਪਤਾ ਨਹੀਂ ਕਿਆ ਬਣਾਏ ਇਸਨੇ ਚਾਵਲ ਬਰਿਆਨੀ ਬਰਿਆਨੀ ਕਿਹੜੀ ਬਣਾਈ ਆ ਜੀ ਉਹਨਾਂ ਚਿਕਨ ਬਰਿਆਨੀ ਫਰੋਮ ਨੈਕਸਟ ਡੋਰ ਨੇਬਰਸ ਨਾਲ ਵਿੱਚ ਬਾਹ ਜਾਣੀ ਹੈ ਰੈਡ ਆਨੀਅਨ ਕਿਊਕੰਬਰ ਟਮਾਟਰ
ਤੇ ਨਾਲ ਇੱਕ ਕਬਾਬ। ਥੋੜੀ ਕਰਾਰੀ ਆ, ਅਸੀਂ ਕਰੀ ਜਾਂਦੇ ਜੀ, ਬੰਦ ਇਹ ਬਾਅਦ ਹੀ ਖਾ ਸਕ। ਹੁਣ ਤਾਂ ਸਹੀ ਅਸਾਂ ਓਵਨ 'ਚ ਵੀ ਰੱਖੀ ਜਾਣ ਫਿਸ਼ ਫਿੰਗਰਾਂ, ਓਵਨ 'ਚ ਨਹੀਂ ਸੋਰੀ ਐਰ ਫਰਾਇਰ 'ਚ, ਉਹ ਵੀ ਤੁਸੀਂ ਕੀ ਸ਼ੋਅ ਕਰਦੇ ਆ ਜੀ। ਪਲੇਟ ਅਸਾਂ ਰੱਖੀ ਦੀ ਹੈ ਜੀ, ਇਸ ਨੇ ਬਣੀ ਜੀ ਫਿਸ਼ ਫਿੰਗਰ, ਇਹ ਨਾ ਸਾਡੀ ਦੁਆ ਨੂਰ ਵਸ ਹੈ ਜਿਹੜੀ ਅਸਾਂ ਏਅਰ ਫਰਾਇਰ 'ਚ ਬਣਾਈਆਂ। ਸਾਡੇ ਦੁਆ ਨੂਰ ਫਿਸ਼ ਫਿੰਗਰਾਂ ਬੜੇ ਸ਼ੌਂਕ ਨਾਲ ਖਾਣੀ ਆ, ਇਸ ਵਾਸਤੇ ਉਹ ਅਸਾਂ ਬਣਾਈਆਂ ਜੀ ਏਅਰ ਫਰਾਇਰ 'ਚ। ਹੁਣ ਜਦ ਤੱਕ ਸਾਡਾ ਮਸਾਲਾ ਟੈਂਡਰ ਹੋਣਾ, ਆਲੂ ਸ਼ਾਲੂ ਮਿਕਸ ਹੋਣਾ, ਸਹੀ ਤਰ੍ਹਾਂ ਤਰਸਣਾ, ਇਸਨੇ ਦੇਰ ਤੱਕ ਅਸਾਂ ਕੱਟੀ ਨਹੀਂ ਜੀ ਸਲਾਦ ਵੀ। ਜਿਵੇਂ ਕਿ ਸਲਾਦ ਵਿੱਚ ਸਾਡੇ ਬੇਬੀ ਕਿਊਕੰਬਰ, ਲੈਟਸ ਅਤੇ ਟਮਾਟਰ, ਕੱਟਣੇ ਹੋਏ ਲੈਟਸ, ਜੀ ਆ ਮਾਸ਼ਾਅੱਲਾ ਤੱਕ ਹੋਈ ਜੀ ਸਾਡਾ ਲੈਟਸ ਵੀ ਗਿਆ, ਟਮਾਟਰ ਵੀ ਅਤੇ ਕਿਊਕੰਬਰ ਵੀ। ਸਲਾਦ 'ਚ ਇਤਨਾ ਹੀ ਕਾਫੀ ਹੈ, ਜ਼ਿਆਦਾ ਕੱਟੀ ਛੋੜੂ ਤਾਂ ਫਿਰ ਕੋਈ ਖਾਣਾ ਹੀ ਕੋਈ ਨਹੀਂ। ਕੈਬਜ ਕੱਟੀ ਕੋਈ ਨਹੀਂ, ਮੇਰਾ ਕੈਬਜ ਫਿਰ ਥੋੜ੍ਹੀ ਸਖਤ ਹੋਣੀ ਹੈ, ਉਹ ਘੱਟ ਹੀ ਪਸੰਦ ਕਰ ਰਹੇ, ਇਹ ਜ਼ਿਆਦਾ ਚੀਜ਼ਾਂ ਖਾ ਲਾਉਣੀਆਂ, ਖਤਮ ਹੀ ਹੋਈ ਅਸੀਂ ਬਚਣ ਨਹੀਂ ਲੱਗਾ, ਖਰਾਬ ਨਹੀਂ ਹੋਣ ਲੱਗਾ, ਤਾਂ ਬਿਹਤਰ ਹਿਸਾਬ ਵਾਲੀ ਚੀਜ਼ ਹੋਣੀ ਚਾਹੀਦੀ ਹੈ। ਤਾਂ ਹੁਣ ਜੀ ਕਰਨੀ ਜੀ ਅਸਾਂ ਆਪਣਾ ਚਿਕਨ ਪਾਉਣੇ ਹਾਂ ਟਰੇ 'ਚ, ਉਹ ਵੀ ਤੁਸੀਂ ਸ਼ੋਅ ਕਰਨੇ ਆ। ਕੋਈ ਟਰੇ ਅਸਾਂ ਰੱਖੀ ਨਹੀਂ ਹੈ ਜੀ, ਅਸੀਂ ਪਾਉਣੇ ਥੋੜ੍ਹਾ ਜਿਹਾ ਤੇਲ, ਸਿਰਫ ਮਾੜਾ ਜਿਹਾ, ਜ਼ਿਆਦਾ ਨਹੀਂ। ਤੇਲ ਲੈ ਕੇ ਸਪਰੈਡ ਕਰੀਨੇ, ਇਹ ਤੇਲ ਦਾ ਅਸਾਂ ਲਾਈ ਕਿੰਨਾ, ਹੁਣ ਜਿਹੜਾ ਮਿਕਸ ਕੀਤਾ ਤੇਲ ਕਿ ਪਹਿਲੇ ਮੈਂ ਰੱਖੀ ਕਿੰਨਾ ਫਿਰ ਬਾਲੀ ਜੀ, ਤੇਲਾਂ ਡੱਬਾ ਤਾਂ ਮੈਂ ਰੱਖੀ ਗਿਆ। ਹੁਣ ਜੀ ਇਸ ਵਿੱਚ ਕੈਸਰ ਸਾਹਿਬ ਵਾਲਾ ਮਸਾਲੇ ਕਿਹੜੇ ਮਿਕਸ ਕੀਤੇ ਹੋਣੇ, ਮਿੱਕੀ ਕੋਈ ਪਤਾ ਨਹੀਂ ਕਿਆ ਕਿਆ ਮਿਕਸ ਕੀਤਾ ਹੋਣੇ, ਕਿਹੜੇ ਕਿਹੜੇ ਸਪਾਈਸ ਉਹਨਾਂ ਯੂਜ ਕੀਤੇ ਨੇ, ਕਿਆ ਬਾਇਲ। ਚਲੋ ਇਹ ਸਾਨੂੰ ਤਾਂ ਫਿਰ ਪੁੱਛਦਾ ਗਏ ਮੈਨੂੰ ਕੁਥਾ ਬਾਹਰ। ਕਰੀ ਛੁੱਟੇ ਸਪਰੈਡ,
ਜਿਹੜਾ ਲਾਲ ਮਸਾਲਾ ਹੈ ਥੋੜ੍ਹਾ ਥੋੜ੍ਹਾ ਇਹ ਵੀ ਸੱਠੀ ਹੁੰਦੀ ਮਸਾਲਿਆਂ ਕਿਉਂ ਕਰੀਏ ਵੇਸਟ ਕਰਨੇ ਦਾ ਕੋਈ ਮਕਸਦ ਨਹੀਂ ਸੀ ਰੱਖੀ ਜੁੜਨੀ ਜੀ ਹੁਣ ਓਵਨ ਵਿੱਚ ਕੋਈ ਓਵਨ ਦਾ ਸਮਾਨ ਕਰੇ ਕਿੰਦਾ ਅਸੀਂ ਰੱਖਣੇ ਆ ਟਰੇ ਗਈ ਜੀ ਓਵਨ ਵਿੱਚ ਜੀ ਅਤੇ ਮੈਂ ਵਾਪਸ ਓਵਨ ਜੋ ਕੱਲੀ ਦੀ ਹੈ ਮੈਂ ਯਾਦ ਨਹੀਂ ਰਹੀ ਅਪਰ ਵੀ ਕੱਲੀ ਲਾਉਣੀ ਹੈ ਇਸਨੇ ਨਹੀਂ ਤਾਂ ਅਪਰੋਂ ਸੜੀ ਅਸੀਂ ਅਤੇ ਵਿੱਚੋਂ ਕੱਚਾ ਰਹੇ ਸੀ ਇਸ ਨਾਲ ਬਿਹਤਰ ਹੈ ਅਪਰ ਕੱਲੀ ਲਾਈ ਇੱਕ ਲੇਅਰ ਫੋਲਡ ਨਹੀਂ ਅਤੇ ਅਪਰ ਵੀ ਲਾਉਣਾ ਸੁਰਾਖ ਕਰੀ ਛੁੜਨੇ ਛੋਟੇ ਛੋਟੇ ਸੁਰਾਖ ਇਸ ਵਾਸਤੇ ਕਿਉਂਕਿ ਚਿਕਨ ਪਿਆਜ਼ ਜਿਹੜਾ ਵਾਹਿਆ ਹੋਣਾ ਪਾਣੀ ਵੀ ਛੁੜਨਾ ਪਾਣੀ ਵੀ ਥੋੜ੍ਹਾ ਨਾਲ ਡਰਾਈ ਹੋਣਾ ਰਹੇ ਸੀ ਹੋਰ ਰੱਖਣੇ ਜੀ ਅਸੀਂ ਓਵਨ ਜੀ ਹੁਣ ਓਵਨ ਖੋਲ੍ਹੇ ਜੀ ਆਫਟਰ 45 ਮਿੰਟਸ ਤੱਕਣੇ ਜੀ ਇਸ ਤਰ੍ਹਾਂ ਪ੍ਰੋਗਰੈਸ ਕਿਆ ਆ ਚੈੱਕ ਕਰੀਨੇ ਆ ਜੀ ਕੱਲੇ ਲਾਉਣੇ ਆ ਉਸ ਬੜੇ ਆਰਾਮ ਨਾਲ ਇਤਿਹਾਸ ਨਾਲ ਮੈਂ ਤਾਂ ਕੋਈ ਨਹੀਂ ਤੇਲ ਹੈ ਤੇਲ ਜਿਹੜਾ ਲਾਇਆ ਸੀ ਨਾ ਕੱਲੀ 'ਚ ਇਹ ਉਹ ਹੈ ਪਾਣੀ ਛਾਣੀ ਜ਼ਿਆਦਾ ਜ਼ਿਆਦਾ ਡਰਾਈ ਹੋਈ ਗਿਆ ਥੋੜ੍ਹਾ ਬਹੁਤਾ ਹੀ ਪਾਣੀ ਰਹਿ ਗਿਆ ਇਸ ਵਿੱਚ ਹੁਣ ਅਸੀਂ ਚੈੱਕ ਕਰ ਰਹੇ ਹਾਂ ਜੀ ਕਿੱਧਰ ਗਈ ਹੈ ਛੁਰੀ 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 ਨਾਈਫ 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 ਫੋਕ ਹੀ ਚੱਲ ਸੀ ਜੀ ਸਭ ਤੋਂ ਪਹਿਲਾਂ ਤਾਂ ਜੀ ਅਸਾਂ ਆਪਣਾ ਆਲੂ ਚੈੱਕ ਕਰਨੇ ਆ ਨਹੀਂ ਆਲੂ ਵਾਲੇ ਸਖਤ ਹੈ ਨਹੀਂ ਲੈ ਤਾਂ ਕੋਈ ਬਿਹਤਰੀਨ ਹੈ ਸਾਈਡ ਹੋ ਗਈ ਹੈ ਤਾਂ ਚਿਕਨ 'ਚ ਵੀ ਮਾੜਾ ਜਿਹਾ ਫਰਕ ਹੈ ਹੁਣ ਇਸ ਤਰ੍ਹਾਂ ਕਰਨੇ ਹੁਣ ਉੱਪਰ ਕੱਲੀ ਨਾ ਲਾਉਣੇ ਇਸ ਕੀ ਤਕਰੀਬਨ 10 ਮਿੰਟ ਹੋਰ ਇਸ ਤਰ੍ਹਾਂ ਰੱਖਣੇ ਆ
ਤਾਂ ਕਿ ਪਾਣੀ ਵੀ ਜਿਹੜਾ ਹੈ ਆ ਉਹ ਵੀ ਡਰਾਈ ਹੋਈ ਹੈ ਔਰ ਚੰਗੀ ਤਰ੍ਹਾਂ ਕੁੱਕ ਹੋਈ ਹੈ। ਮਾਸ਼ਾਅੱਲਾ ਜੀ ਤੱਕੋ ਜੀ, ਹੁਣ ਚੈੱਕ ਕਰੋ ਕਈ ਆਲੂ ਵੀ ਵੱਖ ਹੋਈ ਗਿਆ ਬਿਹਤਰੀਨ, ਅਤੇ ਚਿਕਨ ਵੀ ਸਾਰਾ ਸਹੀ ਹੋ ਗਿਆ ਰੈਡੀ, ਚਿਕਨ ਵੀ ਰੈਡੀ। ਨਿੱਕਾ ਜਿਹਾ ਪੀਸ ਟੈਸਟ ਕਰੀਏ, ਸਹੀ ਆ। ਆਲੂ ਚੈੱਕ ਕਰਨੇ ਆ, ਹੁਣ ਆ ਲਈ ਪਿਆਜ਼ ਨਾ ਸੋਸ ਹੈ, ਦੇਖੇ ਸੋਸ ਅਜਿਹਾ ਹੈ ਵੀ ਹੁਣ ਜੀ ਕਰਨੇ ਅਸੀਂ ਡਿਸ਼ ਆਊਟ, ਤੁਸੀਂ ਕੀ ਦੱਸ ਰਹੇ ਹਾਂ ਜੀ। ਮਾਸ਼ਾਅੱਲਾ ਜੀ ਹੈ ਹੁਣ ਤੱਕ ਉਹ ਨਾਲ ਅਸਾਂ ਲਾਜ਼ਮੀ ਵੀ ਇਕੱਠੀ ਦਾ ਰੱਖੀ ਦਾ ਹੈ ਥੋੜ੍ਹਾ ਥੋੜ੍ਹਾ, ਜੇ ਅਸਾਂ ਉੱਪਰ ਬਾਈ ਦਾ ਖਾਣਾ ਉਸੇ ਜੀ ਖਾਈ ਨਹੀਂ ਸੀ ਲਾਜ਼ਮ। ਰੱਖੋ ਕੈਸੇ ਟਰੇ ਬਣੀ ਹੈ ਸੋਹਣੀ, ਹਾਂਜੀ ਚਿਕਨ ਹੋਈ ਗਿਆ ਜੀ ਸਾਡਾ ਬਿਲਕੁਲ ਰੈਡੀ, ਨਾਲ ਆਲੂ ਵੀ ਪਿਆਜ਼ ਵੀ ਮਾਸ਼ਾਅੱਲਾ ਬਹੁਤ ਬਿਹਤਰੀਨ ਸੋਹਣਾ ਬਣਿਆ ਆ। ਚੈੱਕ ਕਰੋ ਜੀ, ਜੀ ਇਹ ਤਾਂ ਕਿਸ ਕਨੇ ਉਸੋ ਜੀ ਮਾਸ਼ਾਅੱਲਾ ਬਹੁਤ ਹੀ ਬਿਹਤਰੀਨ ਟਰੇ ਬਣੀ ਹੈ। ਉਮੀਦ ਕਰਨੀ ਆ ਜਾਣੀ ਮਸਾਲਾ ਚਿਕਨ ਗ੍ਰਿਲ ਓਵਨ, ਸੋਰੀ ਗ੍ਰਿਲ ਆ ਕੇ ਜੋੜਿਆ ਓਵਨ 'ਚ ਬਣਾਈ ਹੈ, ਓਵਨ ਮਸਾਲਾ ਚਿਕਨ ਤੁਸੀਂ ਪਸੰਦ ਆਈ ਹੋ ਸੀ, ਪਸੰਦ ਆਈ ਹੈ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਜੋੜੋ, ਤੁਸੀਂ ਮਿਲ ਸਕਦਾ ਅਗਲੀ ਵੀਡੀਓ ਅਗਲੇ ਵਲੋਗ 'ਚ। ਇਤਨੀ ਦੇਰ ਤੱਕ ਆਪਣਾ ਵੀ ਖਿਆਲ ਰੱਖੇ, ਮਾੜੇ ਵਾਸਤੇ ਵੀ ਦੁਆ ਕਰੀ ਜੋੜੇ, ਅੱਲਾ ਹਾਫਿਜ਼, ਅਤੇ ਬਣਾਈ ਤਾਂ ਟਰਾਈ ਜ਼ਰੂਰ ਕਰੇ, ਮਿਲਦੇ ਹਾਂ ਅਗਲੇ ਵਲੋਗ 'ਚ।